ਹallelujah ਮੇਰੇ ਵੱਲੋਂ ਸਾਰਨ ਜੈਮਸ ਕੀ ਤੁਸੀਂ ਠੀਕ ਹੋ ਮੈਂ ਵੀ ਠੀਕ ਹਾਂ ਅੱਜ ਆਪਾਂ ਸਵੇਰ ਦੇ ਸਮੇਂ ਪ੍ਰਭੂ ਯਿਸੂ ਮਸੀਹ ਦੇ ਵਚਨ ਦੇ ਵਿੱਚੋਂ ਸਿੱਖਣ ਜਾ ਰਹੇ ਹਾਂ ਆਓ ਆਪਾਂ ਵਚਨ ਦੇ ਵਿੱਚੋਂ ਸਿੱਖਦੇ ਹਾਂ ਮੇਰੇ ਨਾਲ ਖੋਲੋ ਲੁਕਾ ਉਹਦੇ 17 ਆਇਤ ਉਹਦੇ 11ਵੇਂ ਵਚਨ ਨੂੰ ਪੜਾਂਗੇ ਆਪਾਂ ਉਹਦੇ ਵਿੱਚ ਲਿਖਿਆ ਹੋਇਆ ਹੈ ਕਿ ਜਦ ਉਹ ਜਰੂਸ਼ਲਮ ਨੂੰ ਚਲਿਆ ਜਾਂਦਾ ਸੀ ਤਾਂ ਸਾਮਰੀਆ ਤੇ ਗਲੀਲ ਦੇ ਵਿੱਚ ਤੇ ਲੰਘਿਆ ਗਿਆ ਅਤੇ ਉਹਦੇ ਕਿਸੇ ਪਿੰਡ ਵਿੱਚ ਵੜਦਿਆਂ 10 ਕੋੜੀ ਉਹਨੂੰ ਮਿਲੇ ਹallelujah ਜਦੋਂ ਯਿਸੂ ਮਸੀਹ ਜੀ ਉਸ ਪਿੰਡ ਵਿੱਚ ਵੜੇ ਸੀ ਤਾਂ ਉਸ ਜਗ੍ਹਾ ਤੇ ਉਸਨੂੰ 10 ਕੋੜੀ ਮਿਲੇ ਸੀ ਹallelujah ਜਿਹੜੇ ਦੂਰ ਖੜੇ ਸੀ ਉਹ ਦੂਰ ਖੜੇ ਸੀ ਤੇ ਯਿਸੂ ਮਸੀਹ ਜੀ ਉਧਰੋਂ ਆ ਰਹੇ ਸੀ ਹalleluyah ਅਤੇ ਉਹਨਾਂ ਨੇ ਉੱਚੀ ਆਵਾਜ਼ ਦੇ ਕੇ ਕਿਹਾ हे ਯਸੂ ਮਹਾਰਾਜ ਸਾਡੇ ਤੇ ਦਇਆ ਕਰ ਤੇ ਉਹਨਾਂ ਨੇ ਯਸੂ ਮਸੀਹ ਜੀ ਰੋ ਆ ਰੇ ਸੀ ਤੇ ਉੱਚੀ ਆਵਾਜ਼ ਨਾਲ ਕਹਿਣ ਲੱਗੇ ਯਸੂ ਮਹਾਰਾਜ ਸਾਡੇ ਤੇ ਦਇਆ ਕਰ ਉਸ ਨੇ ਵੇਖ ਕੇ ਉਹਨਾਂ ਨੂੰ ਆਖਿਆ ਜਾਓ ਆਪਣੇ ਤਾਈ ਜੱਜਕਾਂ ਨੂੰ ਵਿਖਾਓ ਅਤੇ ਐਉਂ ਹੋਇਆ ਕਿ ਉਹ ਜਾਂਦੇ ਜਾਂਦੇ ਸ਼ੁੱਧ ਹੋ ਗਏ ਫਿਰ ਜਦੋਂ ਉਹ ਚੰਗੇ ਹੋ ਜਾਂਦੇ ਆ ਤੇ ਯਸੂ ਮਸੀਹ ਨੇ ਕਿਹਾ ਕਿ ਆਪਣੇ ਤਾਈ ਜਾਜਕਾਂ ਨੂੰ ਵਿਖਾਓ ਵੀ ਆਪਣੇ ਜਾਜਕਾਂ ਨੂੰ ਵੀ ਜਾ ਕੇ ਦੱਸੋ ਤੇ ਜਦੋਂ ਉਹ ਰਸਤੇ ਵਿੱਚੋਂ ਜਾ ਹੀ ਰਹੇ ਹੁੰਦੇ ਆ ਇਹਦੇ ਵਿੱਚ ਲਿਖਿਆ वचन ਦੇ ਵਿੱਚ ਉਹ ਜਾਂਦੇ ਜਾਂਦੇ ਚੰਗੇ ਹੋ ਜਾਂਦੇ ਆ ਤੇ ਹੋ ਜੇ ਉਹ ਰਸਤੇ ਦੇ ਵਿੱਚ ਆਪਣੇ ਘਰਾਂ ਤੱਕ ਪਹੁੰਚੇ ਵੀ ਨਹੀਂ ਹੁੰਦੇ ਤਾਂ ਉਹ ਜਾਂਦੇ ਜਾਂਦੇ ਸ਼ੁੱਧ ਹੋ ਜਾਂਦੇ ਆ ਚੰਗੇ ਹੋ ਜਾਂਦੇ ਆ ਤੇ ਉਹਨਾਂ ਤੇ ਕਿੰਨੇ ਤਰ੍ਹਾਂ ਪੰਨੇ ਕਿੰਨੇ ਕੁ ਸਮੇਂ ਤੱਕ ਉਹਨਾਂ ਤੇ ਸਰੀਰ ਤੇ ਕੋੜ ਹੁੰਦਾ ਸੀਗਾ ਉਹ ਕੋੜ ਹੀ ਚੰਗੇ ਹੋ ਜਾਂਦੇ ਆ ਹਨਾ ਤੇ ਜਦੋਂ ਜਾਂਦੇ ਜਾਂਦੇ ਚੰਗੇ ਹੋ ਜਾਂਦੇ ਆ ਤੇ ਸਾਰਿਆਂ ਦਾ ਆਪੋ ਆਪਣਾ ਜਿਹੜਾ ਕੋੜ ਜਾਣ ਜਾ ਚੁੱਕਾ ਹੁੰਦਾ ਆ ਉਹ ਆਪਣੇ ਮੱਥੇ ਤੇ ਹੱਥ ਮਾਰ ਕੇ ਵੰਦੇ ਆ ਤੇ ਉਹਨਾਂ ਦੇ ਕਿਤੇ ਵੀ ਸਰੀਰ ਤੇ ਕੋੜ ਨਹੀਂ ਹੁੰਦਾ ਫਿਰ ਆਪਾਂ ਗਾਂਵ ਬੱਚਨ ਦੇ ਵਿੱਚ ਪੜਦੇ ਆ ਉਸ ਨੇ ਵੇਖ ਕੇ ਉਹਨਾਂ ਨੂੰ ਆਖਿਆ ਜਾਓ ਆਪਣੇ ਤਾਈ ਜਾਜਕ ਨੂੰ ਵਿਖਾਓ ਐਂ ਹੋਇਆ ਉਹ ਜਾਂਦੇ ਜਾਂਦੇ ਸ਼ੁੱਧ ਹੋ ਗਏ ਕਿਉਂ ਜਾਂਦੇ ਜਾਂਦੇ ਹੀ ਚੰਗੇ ਹੋ ਗਏ ਸੀਗੇ ਤਾਂ ਉਹਨਾਂ ਵਿੱਚੋਂ ਇੱਕ ਇਹ ਵੇਖ ਕੇ ਜੋ ਮੈਂ ਚੰਗਾ ਹੋਇਆ ਵੱਡੀ ਆਵਾਜ਼ ਨਾਲ ਪਰਮੇਸ਼ਰ ਦੀ ਵਡਿਆਈ ਕਰਦਾ ਹੋਇਆ ਮੂਡ ਆਇਆ ਹallelujah ਇਹਦੇ ਵਿੱਚ ਕੁੜੀ ਕੁੜੀਆਂ ਦੇ ਵਿੱਚੋਂ ਨੌ ਤਾਂ ਨੌਵੀਂ ਵੀ ਚੰਗੇ ਹੋਏ ਸੀਗੇ 10ਵਾਂ ਵੀ ਚੰਗਾ ਹੋਇਆ ਸੀਗਾ ਲਗਭਗ ਸਾਰੇ ਕੁੜੀ ਚੰਗੇ ਹੋਏ ਸੀ ਸੋ ਜਿਹੜੇ ਨੌ ਕੁੜੀ ਸੀਗੇ ਉਹ ਪ੍ਰਭੂ ਯਿਸੂ ਮਸੀਹ ਦਾ ਧੰਨਵਾਦ ਕਰਨ ਨਹੀਂ ਆਏ ਸੀਗੇ ਹallelujah ਜਿਹੜਾ ਇੱਕ ਸੀਗਾ ਉਹਦਾ ਵਿਸ਼ਵਾਸ ਪ੍ਰਭੂ ਯਿਸੂ ਮਸੀਹ ਤੇ ਸੀਗਾ ਤੇ ਉਹ ਇਹਦੇ ਵਿੱਚ ਵਚਨ ਵਿੱਚ ਲਿਖਿਆ ਹੋਇਆ ਕਿ ਉਹਨਾਂ ਵਿੱਚ ਇੱਕ ਇਹ ਵੇਖ ਕੇ ਜੋ ਮੈਂ ਚੰਗਾ ਹੋਇਆ ਵੱਡੀ ਆਵਾਜ਼ ਨਾਲ ਪਰਮੇਸ਼ਰ ਦੀ ਵਡਿਆਈ ਕਰਦਾ ਹੋਇਆ ਮੋੜ ਆਇਆ ਉਹ ਪ੍ਰਭੂ ਯਿਸੂ ਮਸੀਹ ਦੀ ਵਡਿਆਈ ਕਰਦਾ ਆਇਆ ਪਰਮੇਸ਼ਰ ਦੀ ਵਡਿਆਈ ਕਰਦਾ ਹੋਇਆ ਵਾਪਸ ਆਇਆ ਸੀਗਾ ਪ੍ਰਭੂ ਦਾ ਧੰਨਵਾਦ ਕਰਨ ਆਇਆ ਸੀਗਾ ਹਾਲੇਲੂਇਆ ਅਤੇ ਮੂੰਹ ਦੇ ਭਾਰ ਉਹਦੇ ਪੈਰੀ ਪੈ ਕੇ ਉਹਦਾ ਸ਼ੁਕਰ ਕੀਤਾ ਅਤੇ ਉਹ ਸਾਮਰੀ ਸੀ ਹਾਲੇਲੂਇਆ ਉਹ ਜਦੋਂ ਯਿਸੂ ਮਸੀਹ ਕੋਲੇ ਆਇਆ ਉਹਨੇ ਪੈਰੀ ਪੈ ਕੇ ਉਹਨੇ ਮੱਥਾ ਟੇਕਿਆ ਤੇ ਪ੍ਰਭੂ ਦਾ ਧੰਨਵਾਦ ਕੀਤਾ ਹਾਲੇਲੂਇਆ ਪਰ ਯਸੂ ਨੇ ਅੱਗੋ ਆਖਿਆ ਭਲਾਣ ਦਸੇ ਸ਼ੁੱਧ ਨਹੀਂ ਹੋਏ ਤਾਂ ਉਹ ਨੇ ਉਹ ਤੇ ਉਹ ਨੌ ਕਿੱਥੇ ਆ ਹallelujah ਤੇ ਯਸੂ ਮਸੀਹ ਨਾਲ ਜਦੋਂ वार्तालाਪ ਹੁੰਦੀ ਆ ਤੇ ਯਸੂ ਮਸੀਹ ਕਹਿੰਦੇ ਭਲਾ ਉਹ ਨੌ ਚੰਗੇ ਨਹੀਂ ਹੋਏ ਸੀਗੇ ਹallelujah ਪਰ ਉਹ ਜਿਹੜਾ ਬੰਦਾ ਸੀ ਆ ਉਹ ਪ੍ਰਭੂ ਯਸੂ ਮਸੀਹ ਦਾ ਧੰਨਵਾਦ ਕਰਨ ਆਇਆ ਸੀਗਾ ਹੁਣ ਬਾਕੀ ਜਿਹੜੇ ਨੌ ਸੀ ਉਹ ਪ੍ਰਭੂ ਯਸੂ ਮਸੀਹ ਦਾ ਧੰਨਵਾਦ ਨਹੀਂ ਕਰਨ ਆਏ ਹallelujah ਸਾਨੂੰ ਵੀ ਇਹਦੇ ਵਿੱਚੋਂ ਕਹਾਣੀ ਦੇ ਵਿੱਚ ਸਿੱਖਣ ਨੂੰ ਮਿਲਦਾ ਆ ਕਿ ਸਾਨੂੰ ਵੀ ਪ੍ਰਭੂ ਯਿਸੂ ਮਸੀਹ ਦਾ ਧੰਨਵਾਦ ਕਰਨਾ ਚਾਹੀਦਾ ਆ ਵੇਖੋ ਉਹਨਾਂ ਦਸਾਂ ਦੇ ਉੱਪਰ ਜਿਹੜਾ ਕੋੜ ਦੀ ਬਿਮਾਰੀ ਸੀ ਪਤਾ ਨਹੀਂ ਕਿੰਨੇ ਵਰਿਆਂ ਤੋਂ ਸੀ ਹਨ ਤੇ ਪਰ ਸਾਨੂੰ ਇਸ ਸਟੋਰੀ ਤੋਂ ਸਿੱਖਣ ਨੂੰ ਮਿਲਦਾ ਆ ਕਿ ਸਾਨੂੰ ਵੀ ਪ੍ਰਭੂ ਯਿਸੂ ਮਸੀਹ ਦਾ ਧੰਨਵਾਦ ਕਰਨਾ ਚਾਹੀਦਾ ਆ ਬਹੁਤਿਆਂ ਦੀ ਜ਼ਿੰਦਗੀ 'ਚ ਪ੍ਰਭੂ ਨੇ ਅੱਜ ਤੱਕ ਬਹੁਤ ਵੱਡੇ ਵੱਡੇ ਚਮਤਕਾਰ ਕੀਤੇ ਹੋਏ ਨੇ ਕਿਸੇ ਦੀ ਲਾਈਫ ਦੇ ਵਿੱਚ ਇਹ ਨਹੀਂ ਕਿ ਪ੍ਰਭੂ ਨੇ ਨਹੀਂ ਚਮਤਕਾਰ ਕੀਤਾ ਹੋਊਗਾ ਤੁਸੀਂ ਜਿੰਨੇ ਵੀ ਦੇਖ ਰਹੇ ਹੋ ਅਗਰ ਨਵਾਂ ਭਾਈ ਕੋਈ ਆ ਤਾਂ ਮੈਨੂੰ ਦੱਸਣਾ ਚਾਹੁੰਦਾ ਕਿ ਪ੍ਰਭੂ ਤੁਹਾਡੇ ਨਾਲ ਵੀ ਇਹ ਗੱਲਬਾਤ ਕਰ ਰਿਹਾ ਵਚਨ ਦੇ ਅਨੁਸਾਰ ਹallelujah ਸੋ ਤੁਸੀਂ ਵੀ ਅਗਰ ਤੁਹਾਡੀ ਲਾਈਫ ਦੇ ਵਿੱਚ ਚਮਤਕਾਰ ਹੋ ਜਾਂਦਾ ਹੈ ਆ ਪ੍ਰਭੂ ਦਾ ਧੰਨਵਾਦ ਕਰਨ ਜ਼ਰੂਰ ਆਓ ਆਪਣੇ ਪਵਨ ਦੇ ਵਿੱਚ ਪਰਮੇਸ਼ਰ ਦੇ ਦਾਸ ਦਾ ਵੀ ਧੰਨਵਾਦ ਕਰੋ ਅਗਰ ਤੁਹਾਨੂੰ ਪਰਮੇਸ਼ਰ ਦੇ ਦੁਆਰਾ ਤੁਹਾਨੂੰ ਚੰਗਾਈ ਮਿਲ ਵੀ ਜਾਂਦੀ ਆ ਤਾਂ ਪਰਮੇਸ਼ਰ ਦੇ ਦਾਸ ਨੂੰ ਵੀ ਨਾ ਛੱਡੋ ਆਪਣੇ ਚਰਚ ਦੇ ਵਿੱਚ ਜਾਓ ਆਪਣੇ ਦਾਸਾਂ ਦੇ ਨਾਲ ਮਿਲ ਕੇ ਰਹੋ ਤੇ ਸਾਨੂੰ ਪ੍ਰਭੂ ਦਾ ਹਰ ਹਾਲਤ ਵਿੱਚ ਧੰਨਵਾਦ ਕਰਨਾ ਚਾਹੀਦਾ ਹallelujah ਸਾਨੂੰ ਇਸ ਸਟੋਰੀ ਤੋਂ ਛੋਟੀ ਜਿਹੀ ਸਟੋਰੀ ਤੋਂ ਇਸ ਬੱਚੇ ਦੇ ਦੁਆਰਾ ਸਾਨੂੰ ਇਹ ਸਿੱਖਣ ਨੂੰ ਮਿਲਦਾ ਕਿ ਸਾਨੂੰ ਪ੍ਰਭੂ ਦਾ ਧੰਨਵਾਦ ਕਰਨਾ ਚਾਹੀਦਾ ਹallelujah God bless ਸਾਰੇ ਨੂੰ ਜੈਮਸੀਤੀ